أعوذ بالله من الشيطان الرجيم بسم الله الرحمن الرحيم میرے نہایت واجب الاحترام بزرگوں دوستوں بھائیوں ساتھیوں السلام علیکم میں سب تو پہلا سارے بزرگوں کا سارے دوستوں کا سارے بھائیوں کا سارے مہربانوں کا شکریہ ادا کرنا کہ جڑے میرے آن واسطے میرے استقبال واسطے اتنی دیر تو بیٹھے نے میں سب کا تہ دل تو مشکور ہاں تہ شکریہ ادا کرتا ہوں یہ گلا تے بڑی سارے مہربان کرنے اپنے جذبات میں انہوں نے جذبات کو بھی سلام پیش کرنا گل یہ میرے اللہ نے کرم کیتا ہے میرے اللہ کی کرم نوازی ہے میرے اللہ تعالی ذات نے اپنے حبیب کے صدقے میرے تے کرم نوازی کیتی ہے میں تہاڈا مکھ نمائندہ ہویا ہاں ایم پی 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 49 دے وچ تے میں اللہ کی دعا کرنا کہ میرے اللہ جس طرح میرے مہربانوں نو جس طرح میرے دوستوں نو جس طرح میرے بھائیوں نو جس طرح میرے ایم پی پی 49 دے ساتھیوں نو مہربانوں نو ہلکے لوگوں نو تو کوئی میرے اللہ میں نے پورا تو تفیق نہیں اور میری مدد کری انشاءاللہ اللہ تعالیٰ ذات بندہ نیک نیتی نال خلوص نیت نال اللہ تعالیٰ بندہ کو کام کرے اللہ تعالیٰ ذات اور مدد کرتی ہے انشاءاللہ تعالیٰ یہ اللہ کے فضل و کرم نال اللہ کی کرم والی نال ایک گلا نال نہیں انشاءاللہ تو دعا کرنی ہے کرم میرے اللہ نے کرنا ہے یہ تہاڈا بچہ تہاڈا بھائی تہاڈا دوست ان شاء اللہ عملی کر کے دسا گے اللہ کے فضل کرم ان شاء اللہ یہ تو میرے بھائی میرے مہربانوں نے آخیا جی کہ آ جاؤ رام صاحب اتنے عید ملن پارٹی رکھیے کوئی 10-20 دوست آئے کھانا چھانا کھانا ہے اسی اتنے آئے ہاں میں آ کے دیکھا میں چلو سارے سارے مہربان اپنا کام چھڈ گئے ہیں تہاڈا پھر مشکور ہاں تہاڈا پھر شکریہ ادا کرنا ਕੰਮ ਦੇ ਹਵਾਲੇ ਨਾਲ ਗੱਲ ਇਹ ਕਿ ਮੈਂ ਤਾਂ ਤੁਹਾਡੇ ਹੱਥ ਨਵਾਂ ਆ ਤੁਸੀਂ ਮੇਰੇ ਤੋਂ ਵਾਕਫ ਨਹੀਂ ਹੈਗੇ ਇਹ ਤਾਂ ਮੈਂ ਅਮਲੀ ਕੰਮ ਕਰਕੇ ਦੱਸਾਂਗਾ ਤੇ ਫਿਰ ਪਤਾ ਲੱਗਣਾ ਵੀ ਬਾਈ ਜਨਮਨ ਗੱਲ ਕੀ ਹੈ ਤੇ ਇਨਸ਼ਾਅੱਲਾ ਅਮਲੀ ਕਰਕੇ ਦੱਸਾਂਗੇ ਅੱਲਾ ਦੇ ਫਜ਼ਲ ਕਰਨ ਇਨਸ਼ਾਅੱਲਾ ਤੁਹਾਡਾ ਹਜੇ 2-2.5 ਮਾਹ ਹੋਏ ਨੇ ਗੌਰਮੈਂਟ ਨੂੰ ਬਣਿਆ ਐਮ ਪੀ ਏ ਸ਼ਿਪ ਬਣਿਆ 15-20 ਦਿਨ ਤੋਂ ਬਾਅਦ 2 ਮਹੀਨੇ ਹੋਏ ਹੋਣਗੇ ਤੇ ਸਾਡਾ ਜੋ ਹੀ ਜਿੱਥੇ ਵੀ ਤਲਕ ਵਾਸਤਾ ਜਾਂ ਜਿੱਥੇ ਵੀ ਸਾਡੀ ਸੁਣੀ ਗਈ ਹੈ ਅਸੀਂ ਇਨਸ਼ਾਅੱਲਾ ਤਾਲਾ ਆਪਣਾ ਪੇਪੇ 49 ਨੂੰ ਬਰਾਬਰ ਬਿਲਕੁਲ ਇੱਕੋ ਜਿਹਾ ਡਿਸਕਸ ਕੀਤਾ ਇੱਕੋ ਜਿਹਾ ਲਿਖ ਕੇ ਦਿੱਤਾ ਬਾਰਡਰ ਤੋਂ ਲੈ ਕੇ ਉਹ ਅਗਲੇ ਨਾਰੋਵਾਲ ਦੇ ਬਾਰਡਰ ਤੱਕ ਇੱਕੋ ਜਿਹਾ ਜ਼ਬਾਨੀ ਨਹੀਂ ਅਮਲੀ ਅਸੀਂ ਉਹਨਾਂ ਸਾਡੇ ਕੋਲ ਮੰਗਿਆ ਕਿ ਜਿਹੜੇ ਤੁਹਾਡੇ ਅਪਗ੍ਰੇਡ ਸਕੂਲ ਹੋਣੇ ਨੇ ਅਸੀਂ ਇੱਕੋ ਜਿਹੇ PP 49 ਦੇ ਸਾਡੇ ਕੋਲ ਲਿਸਟ ਮੌਜੂਦ ਹੈ ਜਿਹੜੀ ਸੈਕਟਰੀ ਨੂੰ ਰਿਕਮੈਂਡ ਹੋ ਗਈ ਅਸੀਂ ਐਜੂਕੇਸ਼ਨ ਕੋਲੋਂ 65 ਸਕੂਲ ਨੇ ਜਿਨ੍ਹਾਂ ਦੇ ਪ੍ਰਾਇਮਰੀ ਤੋਂ ਮਿਡਲ ਨੇ ਮਿਡਲ ਤੋਂ ਹਾਈ ਨੇ ਹਾਈ ਸੈਕੰਡਰੀ ਜਿਹੜੇ 65 ਸਕੂਲ ਲੱਗ ਚੁੱਕੇ ਲੋਕਾਂ
ਸਾਥੀ ਉਹ ਲਿਖ ਕੇ ਦਿੱਤੇ ਨੇ, ਸੀਓ ਸਾਹਿਬ ਨੇ ਲਿਖ ਕੇ ਅੱਗੇ ਸੈਕਟਰੀ ਸਾਹਿਬ ਨੂੰ ਭੇਜੇ ਨੇ, ਉਹਨਾਂ ਨੇ ਪੁੱਛਿਆ ਇਨਸ਼ਾਅੱਲਾ ਤਾਲਾ ਉਹਨਾਂ ਦੀ ਜੋ ਬਿਲਡਿੰਗ ਨੇ ਉਹ ਵੀ ਡੇਂਜਰਸ ਇਨਸ਼ਾਅੱਲਾ ਡਿਕਲੇਅਰ ਕਰਾਉਣ ਡਿਆ, ਤਾਂ ਕਿ ਬਿਲਡਿੰਗ ਵੀ ਆਉਣ ਹੋਰ ਕੰਮ ਵੀ ਚੱਲੇ, ਤਾਂ ਕਿ ਸਕੂਲ ਵੀ ਅਪਗ੍ਰੇਡ ਹੋਣ। ਇਸੇ ਤਰ੍ਹਾਂ ਸੈਕਟਰੀ ਹੈਲਥ ਨੂੰ ਮਿਲੇ ਹਾਂ, ਸੀ ਐਮ ਸੈਕਟਰੀਏਟ ਗਏ ਹਾਂ, ਉੱਥੇ ਵੀ ਸਿਹਤ ਦੇ ਹਵਾਲੇ ਨਾਲ ਉਹਨਾਂ ਨੂੰ ਆਖਿਆ ਸਾਡੇ ਬੀ ਐਚ ਯੂ ਅਪਗ੍ਰੇਡ ਕਰ ਦਿਓ, ਅੱਲਾ ਦੇ ਫਜ਼ਲ ਕਰਮ। ਇਸੇ ਤਰ੍ਹਾਂ ਬੀ ਐਚ ਯੂ ਬਾਰਡਰ ਤੋਂ ਲੈ ਕੇ ਉਹ ਐਂਡ ਸੁਪਰਮਿੰਟ ਤੱਕ ਬਰਾਬਰ ਲਿਖ ਕੇ ਦਿੱਤੇ ਨੇ, ਇਨਸ਼ਾਅੱਲਾ ਬਰਾਬਰ ਹੀ ਬੀ ਐਚ ਯੂ ਨੇ ਅਪਗ੍ਰੇਡ ਹੋ ਗਈ ਅੱਲਾ ਦੇ। ਕੋਈ ਕੀਮਤ ਫਰੀਦ ਨਹੀਂ ਰੱਖੇ ਕਿ ਇਹਨੂੰ ਪਹਿਲਾਂ ਕਹਿ ਦੇ, ਨਹੀਂ, ਸਾਰਾ ਇੱਕੋ ਜਿਹਾ ਲੱਗਿਆ, ਇੱਕੋ ਜਿਹਾ ਬਰਾਬਰ ਜਿਹਾ, ਅਤੇ ਸਾਰਿਆਂ ਨਾਲ ਬਰਾਬਰ ਦਾ ਵਰਤੋਂ ਕਰਾਂਗੇ, ਬਰਾਬਰ ਦਾ ਚੱਲਾਂਗੇ, ਅਤੇ ਫਿਰ ਅੱਲਾ ਤਾਲਾ ਜਾ ਸਾਡੀ ਮਦਦ ਕਰੇਗੀ ਇਨਸ਼ਾਅੱਲਾ। ਤੁਸੀਂ ਫਿਰ ਆਉਣ ਵਾਲੇ ਵਕਤ ਦੇ ਵਿੱਚ ਉਸੇ ਤਰੀਕੇ ਨਾਲ ਸਾਨੂੰ ਡੀਲ ਕਰੋਗੇ, ਉਸੇ ਤਰੀਕੇ ਨਾਲ ਸਾਡੀ ਇਨਸ਼ਾਅੱਲਾ। ਇਹਦੇ ਵਿੱਚ ਕੋਈ ਇਨਸ਼ਾਅੱਲਾ ਕਮੀ ਕਦਾਈ ਨਹੀਂ ਹੈਗੀ, ਬਰਾਬਰ ਪੀ ਐਚ ਯੂ ਰੱਖੇ ਨੇ, ਸਾਡੇ ਕੋਲ ਸੜਕਾਂ ਮੰਗੀਆਂ ਨੇ, ਜਿੰਨਾ ਸਾਡਾ ਹਲਕਾ ਸੀ ਅਸੀਂ ਦਿੱਤਾ, ਜਿੰਨਾ ਅਗਲ ਪਰਮਵੀਰ ਸਾਹਿਬ ਦਾ ਉਹਨਾਂ ਦਿੱਤਾ, ਇਹ ਜਿਹੜੀ ਸਾਡੀ ਰੋਡ ਹੈ ਇਨਸ਼ਾਅੱਲਾ ਉਮੀਦ ਹੈ 15-20 ਦਿਨਾਂ ਦੇ ਵਿੱਚ ਜੂਨ 'ਚ ਸੋਹਣੀ ਹੋ ਜਾਣੀ ਹੈ ਸਾਡੀ ਮੇਨ ਰੋਡ ਹੈ ਸਭ ਜੀ ਰੀਤੀ ਕਰਾਵੇ, ਜਿੰਨਾ ਸਾਡਾ ਹਲਕਾ ਹੋਵੇ ਇਨਸ਼ਾਅੱਲਾ ਇਹ ਵੀ ਅੱਲਾ ਦੇ ਫਜ਼ਲ ਕਮਾਲ ਹੋਏਗੀ। ਇਸੇ ਤਰ੍ਹਾਂ ਸਾਡੇ ਕੋਲ ਰੋਡ ਰਹੀ ਚਵਿੰਡੇ ਤੋਂ ਜਫਰਵਾਲ ਨੂੰ, ਉਹ ਵੀ ਅਸਾਂ ਦਿੱਤੀ, ਉਹ ਵੀ ਸਾਡਾ ਹਲਕਾ। ਇਸੇ ਤਰ੍ਹਾਂ ਤੋਰ ਪ੍ਰਾਂਤ ਬਰਾਬਰ ਦਿੱਤਾ ਹੈ, ਇਨਸ਼ਾਅੱਲਾ ਤਾਲਾ ਮੇਰੇ ਅੱਲਾ ਨੇ ਕਰਮ ਕਰਨਾ, ਮੇਰੇ ਅੱਲਾ ਨੇ ਫਜ਼ਲ ਕਰਨਾ, ਅੱਲਾ ਤਾਲਾ ਇਜਾਜ਼ਤ ਨੇ ਪੂਰਾ ਟਾਈਮ ਦਿੱਤਾ, ਇਨਸ਼ਾਅੱਲਾ ਆਪਣੇ ਹਲਕੇ ਦੇ ਵਿੱਚ ਖੁਦਾ ਦੇ ਫਜ਼ਲ ਕਰਨ ਦਾ ਡਿਵੈਲਪਮੈਂਟ ਦੇ ਹਵਾਲੇ ਨਾਲ ਬਿਲਾ ਤਫਰੀਕ ਪੂਰੇ ਹਲਕੇ ਨੇ ਇਨਸ਼ਾਅੱਲਾ ਤਾਲਾ ਕੋਈ ਕਸਰ ਨਹੀਂ ਛੱਡਾਂਗੇ, ਸਾਨੂੰ ਸ਼ੌਕ ਵੀ ਹੈ ਔਰ ਅੱਲਾ ਦੇ ਕਰਮ ਨਵਾਜ਼ੇ ਨਾਲ ਕਰਦਾ ਮੇਰਾ ਅੱਲਾ ਵੇ ਅੱਲਾ ਦੇ ਫਜ਼ਲ ਕਰਨ ਦਾ। ਕਿਤੇ ਜਾਈਏ ਕਿਸੇ ਗੋਡੇ ਦਾ ਹੱਥ ਲਾਈਏ ਗੱਲ ਵੀ ਸੁਣੀ ਜਾਂਦੀ, ਇਨਸ਼ਾਅੱਲਾ ਸੁਣੀ ਜਾਂਦੀ ਹੈ ਅੱਲਾ ਦੇ ਫਜ਼ਲ ਕਰਨ, ਔਰ ਸਾਨੂੰ ਸ਼ੌਕ ਹੈ ਇਨਸ਼ਾਅੱਲਾ ਕਰਕੇ ਦੱਸਦੇ ਹਾਂ। ਬਾਕੀ ਮੇਰੇ ਭਾਈ ਦੀ ਗੱਲ ਕਰ ਰਹੇ ਸਨ ਕਿ ਮੈਂ ਫਲਾਂ ਜਮਾਤ ਦਾ ਫਲਾਂ ਦਾ, ਮੈਂ ਜਮਾਤ ਤੇ ਠੀਕ ਹੈ, ਮੈਂ ਆਜ਼ਾਦ ਜਿੱਤ ਕੇ ਪਾਕਿਸਤਾਨ ਮੁਸਲਿਮ ਲੀਗ ਨੂੰ ਨਾਲ ਮੇਰੀ ਵਿਵਸਥਗੀ ਪਾਕਿਸਤਾਨ ਮੁਸਲਿਮ ਲੀਗ ਵਿੱਚ ਸ਼ਾਮਿਲ ਹੋਇਆ ਵਾਂ। ਇਸ ਟਾਈਮ ਮੇਰੇ ਪਾਕਿਸਤਾਨ ਮੁਸਲਿਮ ਲੀਗ ਦੇ ਲੀਡਰ ਮੁਹਤਰਮ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ, ਮੇਰੀ ਵਜ਼ੀਰ ਆਲਾ ਪੰਜਾਬ ਨੇ, ਮੈਂ ਉਹਨਾਂ ਨੂੰ ਵੀ ਸਲਾਮ ਪੇਸ਼ ਕਰਦਾ ਵਾਂ, ਜੋ ਵੀ ਮੇਰੇ ਕੋਲ ਰਿਕੁਐਸਟ ਲੈ ਕੇ ਆਵਾਂ, ਉਹਨਾਂ ਨੇ ਮੇਰੀ ਰਿਕੁਐਸਟ ਫੌਰੀ ਤੌਰ 'ਤੇ ਅਮਲ ਦਰਾਮਦ ਕੀਤਾ ਹੈ, ਫੌਰੀ ਤੌਰ 'ਤੇ ਜੋ ਵੀ ਮੈਂ ਕਿਹਾ, ਮੈਂ ਕਿਹਾ ਮੈਡਮ ਸਾਹਿਬ ਮਿਹਰਬਾਨੀ ਕਰੋ, ਉਹਨਾਂ ਨੇ ਉਸ ਟਾਈਮ ਉਹ ਮਿਹਰਬਾਨੀ ਕੀਤੀ ਹੈ, ਉਹਨਾਂ ਨੂੰ ਮੈਂ ਸਲਾਮ ਪੇਸ਼ ਕਰਦਾ ਵਾਂ। ਲੇਕਿਨ ਅਸੀਂ ਨੁਮਾਇੰਦੇ ਹਾਂ ਪੂਰੇ ਹਲਕੇ ਦੇ, PP 49 ਦੇ, ਮੈਂ ਸਭ ਦਾ ਬਿਲਾ ਤਫਰੀਕ ਜਿਹੜਾ ਜਾਇਜ਼ ਕੰਮ ਹੋਏਗਾ ਸਭ ਦਾ ਬਿਲਾ ਤਫਰੀਕ ਕਰਾਂਗੇ ਇਨਸ਼ਾਅੱਲਾ। ਨਜਾਇਜ਼ ਦੀ ਮੈਂ ਤਾਂ ਕੋਈ ਥੋਕੋ ਨਹੀਂ ਰੱਖੇਗਾ, ਉਹ ਭਾਵੇਂ ਮੇਰਾ ਹੋਏਗਾ ਅਤੇ ਭਾਵੇਂ ਕਿਸੇ ਹੋਰ ਜਮਾਤ ਦਾ ਹੋਏਗਾ, ਨਜਾਇਜ਼ ਦੀ ਮੈਂ ਤਾਂ ਕੋਈ ਥੋਕੋ ਰੱਖੇਗਾ ਨਾ ਮੈਂ ਕਰਨਾ ਜੀ, ਇਹ ਗੱਲ ਬੜੀ ਕਲੀਅਰ ਕੱਟ ਹੈ। ਉਹ ਕੋਈ ਵੀ ਹੋਏ ਉਹਦਾ ਮੈਂ ਨਾ ਕਰਨਾ ਹੈ ਅਤੇ ਨਾ ਮੇਰੇ ਤੋਂ ਨਾਰਾਜ਼ ਹੁੰਦਾ ਅਤੇ 100 ਦਫਾ ਹੋ ਜਾਏ। ਜਾਇਜ਼ ਵਾਸਤੇ ਬਿਲਾ ਤਫਰੀਕ ਸਾਰੇ ਮਿਹਰਬਾਨਾਂ ਦੇ ਦੋਸਤਾਂ ਦੇ PP 49 ਦੇ ਦਰਵਾਜ਼ੇ ਸਾਡੇ ਹੱਥ ਖੁੱਲ੍ਹੇ ਨੇ 24 ਘੰਟੇ ਜਦੋਂ ਮਰਜ਼ੀ ਬੁਲਾਏ। ਅਤੇ 2 ਨੰਬਰੀ ਵਾਸਤੇ ਅਤੇ ਨਜਾਇਜ਼ ਕਰਾਉਣ ਵਾਸਤੇ ਕੋਈ ਆ ਕੇ ਸਾਨੂੰ ਥਾਣੇ ਟੈਲੀਫੋਨ ਕਰ ਦਿਓ, ਸਾਡਾ ਝੂਠਾ ਪਰਚਾ ਕਰਾ ਦਿਓ, ਇੱਜ਼ਤ ਕਰਾ ਦਿਓ, ਜਾਂ ਅੱਗੇ ਚੋਰ ਦੀ ਸਿਫਾਰਿਸ਼ ਕਰ ਦਿਓ,
ਉਹ ਨਾਰਾਜ਼ ਕੱਲ ਨੂੰ ਹੋਣਾ ਅੱਜ ਹੋ ਜਾਏ ਉਹਦੇ ਹੱਥ ਸਾਡੇ ਕੋਲ ਕੋਈ ਨਹੀਂ। ਕਰਮ ਮੇਰੇ ਅੱਲਾ ਨੇ ਕਰਨਾ, ਅੱਲਾ ਤਾਲਾ ਜ਼ਾਤ ਕਰਮ ਕਰਦੀ ਹੈ ਬੰਦਾ ਵਸੀਲਾ ਬਣਦਾ। ਜੇ ਸਾਡਾ ਨੀਅਤ ਠੀਕ ਹੈ, ਸਾਡਾ ਦਿਲ ਠੀਕ ਹੈ, ਸਾਡੇ ਕੰਮ ਠੀਕ ਨੇ, ਅੱਲਾ ਤਾਲਾ ਸਾਡੀ ਮਦਦ ਕਰੇਗੀ ਇਨਸ਼ਾਅੱਲਾ। ਅੱਲਾ ਦੇ ਫਜ਼ਲ ਕਰਮਾ ਔਰ ਅੱਲਾ ਮਦਦ ਕਰਦਾ ਬੰਦਾ ਨੇਕ ਨੀਤੀ ਨਾਲ ਨੀਅਤ ਠੀਕ ਰੱਖ ਕੇ ਬੰਦਾ ਚੱਲੇ ਕੰਮ ਕਰੇ, ਅੱਲਾ ਤਾਲਾ ਜ਼ਾਤ ਮਦਦ ਕਰਦੀ ਹੈ। ਨਾ ਕਿਸੇ ਚੋਰ ਦੇ ਭਾਈ ਹਾਂ, ਨਾ ਕਿਸੇ ਚੋਰ ਦੇ ਸਿਫਾਰਸ਼ੀ ਹਾਂ, ਨਾ ਕਿਸੇ ਠੱਗ ਦੇ ਭਾਈ ਹਾਂ, ਨਾ ਕਿਸੇ ਠੱਗ ਦੇ ਸਿਫਾਰਸ਼ੀ ਹਾਂ, ਨਾ ਕਿ ਨੁਸਰਬਾਜ਼ ਦੇ ਸਿਫਾਰਸ਼ੀਆਂ, ਨਾ ਕਿਸੇ ਨੁਸਰਤੀਆਂ। ਸਾਫ ਦੋ ਦੇ ਜਿਹੜੇ ਅੱਛੇ ਲੋਕ ਨੇ, ਜਿਹੜੇ ਮਿਹਰਬਾਨ ਨੇ, ਜਿਹੜੇ ਅੱਛੇ ਨੇ, ਜਿਹੜੇ ਸਾਫ ਦੋ ਨੇ, ਉਹਨਾਂ ਦੀ ਕੋਈ ਉਹ ਨਹੀਂ ਹੈਗੀ। ਉਹ ਖੁਆ ਕੋਈ ਵੀ ਉਹਨੇ ਸਾਡੇ ਮਾਸਟਰਾਂ ਦੇ ਬਾਰੇ ਖੁੱਲ੍ਹੇ ਨੇ 24 ਘੰਟੇ ਸਾਰਾ ਤਕਰ ਮਿਲਾ ਤਫਰੀਕ। ਇਨਸ਼ਾਅੱਲਾ ਸਭ ਦੀ ਖਿਦਮਤ ਕਰਾਂਗੇ ਔਰ ਸਭ ਦੇ ਕੰਮ ਕਰਾਂਗੇ ਇਨਸ਼ਾਅੱਲਾ ਤਾਲਾ, ਅੱਲਾ ਦੇ ਫਜ਼ਲ ਕਰਮ। ਬਾਕੀ ਮੋਹਤਰਮ ਮੈਡਮ ਮਰੀਮ ਨਵਾਜ਼ਸ਼ਰੀਫ ਸਾਹਿਬਾ, ਅੱਲਾ ਤਾਲਾ ਦੀ ਜ਼ਾਤ ਉਹਨਾਂ ਨੂੰ ਕਾਮਯਾਬ ਕਰੇ, ਅੱਲਾ ਤਾਲਾ ਦੀ ਜ਼ਾਤ ਉਹਨਾਂ ਨੂੰ ਮਜ਼ੀਦ ਹਿੰਮਤ ਦੇਵੇ। ਉਹਨਾਂ ਨੂੰ ਵੀ ਕੰਮ ਕਰਨ ਦਾ ਬੜਾ ਸ਼ੌਰ ਹੈ, ਬੜਾ ਜਜ਼ਬਾ ਹੈ, ਇਨਸ਼ਾਅੱਲਾ ਕਾਮਯਾਬ ਹੋਣਗੀਆਂ ਅੱਲਾ ਦੇ ਫਜ਼ਲ ਕਰਮ ਨਾਲ। ਮੈਂ ਉਹਨਾਂ ਕੋਲ ਗਿਆ, ਸਭ ਤੋਂ ਪਹਿਲਾਂ ਮੈਨੂੰ ਮਿਲੇ ਸੈਂਟ ਦੇ ਇਲੈਕਸ਼ਨ 'ਚ। ਮੈਂ ਕਿਹਾ ਮੈਡਮ ਸਾਹਿਬ ਮਿਹਰਬਾਨੀ ਕਰਦੇ THQ ਹਸਪਿਟਲ ਤਹਿਸੀਲ ਬਸਨੂਰ, ਬੜੀ ਪਸਮਾਦਾ ਤਹਿਸੀਲ ਹੈ, ਬੜੀ ਬੈਕਵਰਡ ਹੈ, ਉੱਥੇ ਗੁਰਦਿਆਂ ਵਾਸਤੇ ਡੈਸਲ ਮਸ਼ੀਨਾਂ ਕੋਈ ਨਹੀਂ, ਤੁਹਾਡੀ ਮਿਹਰਬਾਨੀ ਉੱਥੇ ਕੋਈ ਐਸਾ ਸਿਸਟਮ ਕਰ ਦਿੱਤਾ ਕਿ ਡੈਸਲ ਮਸ਼ੀਨਾਂ, ਪਹਿਲਾਂ ਉੱਥੇ ਹੈਲਥ ਕਾਰਡ ਚੱਲਦਾ ਸੀ, ਉਹ ਹੈਲਥ ਕਾਰਡ ਵੀ ਡਿਸਟਰਬ ਹੋਇਆ ਦਾ ਕੋਈ ਮਾਮਲਾ ਹੈ, ਅਤੇ 60 ਕਿਲੋਮੀਟਰ ਬਣਦਾ ਕਿਲੇ ਕਾਲ ਵਾਲਿਆਂ ਤੋਂ ਲੈ ਕੇ ਸਿਆਲਪੁਰ ਜਾਣਾ ਸੀ। ਅਸੀਂ ਇਸ ਮਾਮਲੇ ਦੇ ਵਿੱਚੋਂ ਨਹੀਂ ਗੁਜ਼ਰੇ ਹਾਂ, ਸਾਨੂੰ ਪਤਾ ਹੈ ਅੱਲਾ ਮਾਫੀ ਦੀ ਹੈ, ਨਾ ਬਰਾਤ ਬਿਮਾਰੀ ਹੈ, ਅੱਲਾ ਤਾਲਾ ਜ਼ਾਤ ਕਿਸੇ 100 ਦੁਸ਼ਮਣ ਨੂੰ ਵੀ ਇਹਦੇ ਵਿੱਚ ਨਾ ਪਾਏ ਤੋਂ ਮਹਿਫੂਜ਼ ਰੱਖੀਏ। ਬਹੁਤ ਨਾਮ ਰਾਤ ਜਿੱਥੇ ਜਿਸ ਜਿਸ ਖਾਨਦਾਨ ਨੂੰ ਜਿਸ ਘਰ ਨੂੰ ਇਹਦਾ ਮਸਲਾ, ਉਹਨੂੰ ਪੁੱਛ ਕੇ ਵੇਖੋ ਤਾਂ ਕੀ ਉੱਥੇ ਕੀ ਗੁਜ਼ਰਦੀ ਹੈ। ਮਹੀਨੇ 'ਚ ਪਹਿਲਾਂ ਇੱਕ ਦਫ਼ਾ ਆਵੇ, 15 ਦਿਨਾਂ 'ਚ ਇੱਕ ਦਫ਼ਾ, ਫਿਰ ਹਫ਼ਤੇ 2 ਦਫ਼ੇ ਦੋਵੇਂ, ਅਤੇ ਫਿਰ ਉਹਨੂੰ ਪਤਾ ਕਿ ਬੰਦਾ ਕਿਸ ਤਰ੍ਹਾਂ ਲੈ ਕੇ ਜਾਣਾ, ਕਿਵੇਂ ਲੈ ਕੇ ਜਾਣਾ, ਕਿਵੇਂ ਉੱਥੇ ਤਕਲੀਫ ਬਰਦਾਸ਼ਤ ਕਰਦਾ, ਖਾਨਦਾਨ ਵੀ ਉਮਰੀ ਫਿਰ ਤੇਰਾ ਕਰਦਾ ਹੀ ਕਰਦਾ। ਅਤੇ ਮੈਂ ਕਿਹਾ ਮੈਡਮ ਸਾਹਿਬ ਮਿਹਰਬਾਨੀ ਕਰੋ, ਜਿਸ ਮਾੜੇ ਬੰਦੇ ਨੂੰ ਲੈ ਕੇ ਜਾਣਾ ਪੈਂਦਾ ਸਿਆਲਕੋਟ, ਅਤੇ ਉਹਦੇ ਬਹੁਤ ਬੁਰਾ ਹਾਲ ਹੈ, ਉਹ ਤਾਂ ਚਿਹਰਾ ਨਹੀਂ ਫੇਸ ਕਰ ਸਕਦਾ, ਉਹਦੇ ਕੋਲ ਪੈਸੇ ਵੀ ਕੋਈ ਨਹੀਂ, ਬੜੇ ਮਾੜੇ ਲੋਕ। ਅਤੇ ਮੈਡਮ ਸਾਹਿਬਾ ਦੀ ਮਿਹਰਬਾਨੀ, ਉਹਨੇ ਫੌਰੀ ਤੌਰ 'ਤੇ ਅਮਲ ਦਰਾਮਦ ਕਰਦੇ ਆਇਆ ਵਿਦਇਨ 1 ਵੀਕ ਦੇ ਵਿੱਚ। ਕਦੇ ਅੱਜ ਨਹੀਂ ਹੋਇਆ, ਅੱਲਾ ਦਾ ਕਰਮ ਹੈ, ਸ਼ੁਕਰ ਹੈ ਅੱਲਾ ਦਾ। ਵਿਦਇਨ 1 ਵੀਕ ਦੇ ਵਿੱਚ 8 ਦਿਨਾਂ ਦੇ ਅੰਦਰ ਅੰਦਰ ਉੱਥੇ ਡੈਸਲ ਮਸ਼ੀਨਾਂ ਆ ਗਈਆਂ, ਅਤੇ ਮੇਰਾ ਕਮਿਸ਼ਨਰ ਸਾਹਿਬ ਪਿਛਲੇ ਹਫ਼ਤੇ ਆਏ ਵਿਜ਼ਿਟ ਕਰਨ ਵਾਸਤੇ, ਨਾਲ RPO ਸਾਹਿਬ ਸਨ, ਮੈਂ ਵੀ ਨਾਲ ਸਨ ਉਹਨਾਂ ਦੇ। ਵਿਜ਼ਿਟ ਕਰਨ ਤੋਂ ਬਾਅਦ ਉਹਨਾਂ ਨੇ ਆਖਿਆ, ਰਾਣਾ ਸਾਹਿਬ 3 ਮਸ਼ੀਨਾਂ ਦਾ ਮੈਨੂੰ ਹੋਰ ਆਰਡਰ ਹੋਇਆ। ਮੇਰੀ ਰਾਤੀ ਗੱਲ ਹੋਈ ਕਮਿਸ਼ਨਰ ਸਾਹਿਬ ਨਾਲ ਕਿ 3 ਮਸ਼ੀਨਾਂ ਹੋਰ ਭੇਜ ਰਿਹਾ ਤੁਹਾਨੂੰ, ਕਿਉਂਕਿ ਜੋ ਬੰਦੇ ਦੀ ਨੀਅਤ ਸਾਫ਼ ਹੋਏ, ਬੰਦਾ ਕੰਮ ਕਰਨਾ ਚਾਹੁੰਦਾ ਹੋਏ, ਅੱਲਾ ਤਾਲਾ ਜ਼ਾਤ ਮਦਦ ਕਰਦੀ। 3 ਹੋਰ ਆ ਰਹੀਆਂ ਨੇ 2-3 ਦਿਨਾਂ ਦੇ ਵਿੱਚ ਵਿੱਚ ਇਨਸ਼ਾਅੱਲਾ ਤਾਲਾ। ਉਸ ਤੋਂ ਬਾਅਦ ਪਿਛਲੇ ਹਫ਼ਤੇ ਵਿੱਚ 4-5 ਦਿਨ ਪਹਿਲਾਂ ਮੈਡਮ ਸਾਹਿਬ PSO ਨੇ ਕੈਪਟਨ ਅਲੀ ਆਜ਼ਾਦ ਸਾਹਿਬ, ਉਹਨਾਂ ਦੀ ਕਾਲ ਆ ਗਈ, ਉਹਨਾਂ ਕਹਿੰਦੇ ਮੈਡਮ ਸਾਹਿਬਾਂ ਨੇ ਗੱਲ ਕਰਨੀ ਹੈ। ਮੈਡਮ ਸਾਹਿਬ ਦੀ ਕਾਲ ਆਈ ਆਪਣੇ ਮੈਂਬਰ ਤੋਂ, ਉਹ ਕਹਿਣ ਲੱਗੀ ਰਾਣਾ ਸਾਹਿਬ ਕਿਆ ਹਾਲ ਹੈ। ਮੈਂ ਕਿਹਾ ਠੀਕ ਹੈ ਮੈਡਮ ਸਾਹਿਬ, ਸ਼ੁਕਰੀਆ। ਕਹਿਣ ਲੱਗੀ ਡੈਲਸਾ ਮਸ਼ੀਨੇ ਪਹੁੰਚ ਗਈਆਂ ਮੈਡਮ ਸਾਹਿਬ। ਮੈਂ ਕਿਹਾ ਬੜੀ ਮਿਹਰਬਾਨੀ, ਬੜਾ ਸ਼ੁਕਰੀਆ। ਮੈਂ ਕਿਹਾ ਆਪਣੇ ਮਿਹਰਬਾਨੀ ਕੀ ਹੈ, ਬੈਕਵਰਡ ਲਾ ਕੇ ਮੈਂ ਆਪ ਦੀ ਬੜੀ ਮਿਹਰਬਾਨੀ। ਕਹਿੰਦੀ ਹੈ ਨਹੀਂ, ਮੈਨੂੰ ਖੁਸ਼ੀ ਹੋਈ ਹੈ ਕਿ ਸਿਹਤ ਕੇ ਲਈ ਔਰ ਤਲੀਮ ਕੇ ਲਈ ਆਪ ਕੋਸ਼ਿਸ਼ ਕਰ ਰਹੇ ਹੈ, ਵੈਲ ਡਨ, ਬੜੀ ਖੁਸ਼ੀ ਹੋਈ ਹੈ ਮੈਨੂੰ। ਤਾਂ ਮੈਨੇ ਕਿਹਾ ਮੈਡਮ ਮੈਂ ਕਿਹਾ ਚਲੋ ਹੁਣ ਗੱਲ ਬਣਦੀ ਪਈ ਹੈ, ਅਤੇ ਮੈਂ ਕਿਹਾ ਹੋਰ ਫਾਇਦਾ ਲੈ ਲਈਏ।
ਮੈਂ ਕਿਹਾ ਮੈਡਮ ਸਾਹਿਬ ਮਿਹਰਬਾਨੀ ਕਰ ਦਿਓ ਕਿ ਸਾਡੇ THU 'ਚ ICU ਕੋਈ ਨਹੀਂ ਬੱਚਿਆਂ ਵਾਸਤੇ, ਜਿਹੜਾ ਬੱਚਾ ਨਰਸਰੀ ਦਾ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਸਿਆਲਕੋਟ ਲੈ ਕੇ ਜਾਣਾ ਪੈਂਦਾ ਕਿਸੇ ਬੰਦੇ 'ਚ, ਮਾਮਲਾ ਬੱਚੇ ਰਾਹ 'ਚ ਬੱਚਾ ਬੱਚੇ ਦੇ ਉਹ ਮਾਮਲਾ ਹੋ ਜਾਂਦੇ ਨੇ, ਇਹ ਵੀ ਮਿਹਰਬਾਨੀ ਕਰ ਦਿਓ। ਉਹਨਾਂ ਆਖਿਆ ਡਨ। ਉਸ ਤੋਂ ਇੱਕ ਘੰਟੇ ਬਾਅਦ ਮੈਨੂੰ ਇਹ ਅੱਲਾ ਦਾ ਕਰਿਆ ਕਹਿੰਦਾ ਸ਼ੁਕਰ ਅੱਲਾ ਦਾ ਨਹੀਂ, ਇਹ ਤਾਂ ਬੰਦੇ ਠੀਕ ਹੋਏ। ਇੱਕ ਇੱਕ ਘੰਟੇ ਬਾਅਦ ਸੈਕਟਰੀ ਵਾਲੇ ਜਾਂ ਸਾਹਿਬ ਦੀ ਕਾਲ ਆ ਗਈ, ਉਹਨਾਂ ਸਾਰੀ ਡਿਟੇਲ ਮੰਗਵਾ ਲਈ ਹੈ। ਇਨਸ਼ਾਅੱਲਾ ਵਿਦਿਨ 1 ਵੀਕ ਅੱਲਾ ਦੇ ਫਜ਼ਲ ਕਰਨਾ ਉਹ ਨਰਸਰੀ ਸਟਾਰਟ ਹੋ ਜਾਏਗੀ। ਫਿਰ ਮੈਂ ਮੈਡਮ ਸਾਹਿਬ ਨੂੰ ਕਿਹਾ, ਮੈਂ ਮੈਡਮ ਸਾਹਿਬ ਜਿਹੜੀ ਅਸੀਂ ਡਿਵੈਲਪਮੈਂਟ ਦੇ ਹਵਾਲੇ ਨਾਲ ਸੜਕਾਂ ਦਿੱਤੀਆਂ ਨੇ, ਜਾਂ ਜੋ ਅਸੀਂ ਸਕੂਲ ਦਿੱਤੇ ਨੇ, ਜੋ ਆਪਣਾ ਗਲੀਆਂ ਨਾਲੀਆਂ ਦੇ ਕੰਮ ਦਿੱਤੇ ਨੇ, ਮਿਹਰਬਾਨੀ ਕਰੀ। ਉਹਨੇ ਕਿਹਾ ਇਨਸ਼ਾਅੱਲਾ ਤਾਲਾ ਆਪਕੀ ਤਹਿਸੀਲ ਕੋਈ ਆਪਕੇ ਹਲਕੇ ਕੋਈ ਬਿਊਸ ਨਹੀਂ ਹੋਣੀ ਚਾਹੀਦੀ। ਇਹ ਬੰਦੇ ਦੀ ਨੀਅਤ ਠੀਕ ਹੋਈ ਅੱਲਾ ਕਰਦੀ ਹੈ ਅਤੇ ਬੰਦਾ ਕੋਸ਼ਿਸ਼ ਕਰੇ, ਕਿਹੜਾ ਕੰਮ ਜਿਹੜਾ ਨਹੀਂ ਹੁੰਦਾ ਬੰਦਾ ਕੋਸ਼ਿਸ਼ ਕਰੇ ਅਤੇ ਨੀਅਤ ਨਾਲ ਅਤੇ ਨੇਕ ਨੀਅਤ ਨਾਲ। ਇਨਸ਼ਾਅੱਲਾ ਤਾਲਾ ਨੀਅਤ ਵੀ ਠੀਕ ਹੈ ਅਤੇ ਇਰਾਦੇ ਵੀ ਠੀਕ ਨੇ, ਮਿਹਨਤ ਵੀ ਕਰਦੇ ਹਾਂ। ਇਨਸ਼ਾਅੱਲਾ ਤਾਲਾ ਇੱਕੋ ਜਿਹਾ ਬਰਾਬਰ ਜਿਹਾ ਆਪਣੇ 49 ਇਨਸ਼ਾਅੱਲਾ ਤਾਲਾ ਮੁਕੰਮਲ ਉਸੇ ਤਰ੍ਹਾਂ ਦੇਖਾਂਗੇ ਜਿਵੇਂ ਸਾਰਾ ਲਗਵਾਏ, ਕੋਈ ਸ਼ਿਕਵਾ ਸ਼ਿਕਾਇਤ ਨਹੀਂ ਆਏਗੀ। ਬਾਕੀ ਮੇਰੇ ਭਾਈ ਨੇ ਇੱਥੇ ਯਾਸਰ ਸਾਹਿਬ ਵੀ ਵੀਰ ਨੇ, ਤੁਸੀਂ ਸਾਰੇ ਮਿਹਰਬਾਨ, ਤੁਸੀਂ ਸਾਰੇ ਮੇਰੇ ਭਾਜੀ ਹੋ, ਸਾਰੇ ਭਾਜੀ ਹੋ, ਮਿਲਾਂਗੇ ਵਰਤਾਂਗੇ ਅਤੇ ਫਿਰ ਗੱਲ ਚੱਲੇਗੀ ਨਾ, ਫਿਰ ਪਤਾ ਲੱਗੇਗਾ ਕੀ ਸੋਚ ਹੈ, ਕੀ ਬੰਦੇ ਕੀ ਗੱਲ ਤਲਕ ਵਾਸਤਾ ਬਣਿਆ। ਇਸ ਤਰ੍ਹਾਂ ਰਾਣਾ ਆਬਰ ਸਾਹਿਬ ਨੇ ਵੀ ਭਾਈ ਨੇ, ਕੋਈ ਵੀ ਮਾਮਲਾ ਹੋਏ, ਕੋਈ ਵੀ ਗੱਲ ਹੋਏ, ਕੋਈ ਵੀ ਬਾਤ ਹੋਏ ਥਾਣੇ ਕਚਹਿਰੀ ਦੀ, ਕੋਈ ਮਸਲਾ ਹੋਏ, ਇਹ ਵੀ ਆ ਜਾਂਦੇ, ਮੈਂ ਵੀ ਆ ਜਾਂ। ਇਨਸ਼ਾਅੱਲਾ ਤਾਲਾ ਇੱਕ ਗੱਲ ਮੇਰੀ ਬਜ਼ੁਰਗੋ ਤੋਂ ਮਿਹਰਬਾਨੀ ਸੁਣ ਲਿਓ, ਨਜਾਇਜ਼ ਤੁਹਾਡਾ ਕਿਸੇ ਦਾ ਕੰਮ ਰੁਕੇਗਾ ਨਹੀਂ ਥਾਣਿਆਂ ਦੇ ਵਿੱਚ ਵੀ ਨਾ ਕਚਹਿਰੀ ਦੇ ਵਿੱਚ, ਸੋਰੀ ਜਾਇਜ਼ ਕੰਮ ਤੁਹਾਡਾ ਨਾ ਰੁਕੇਗਾ ਥਾਣੇ 'ਚ, ਨਾ ਕਿਸੇ ਕਚਹਿਰੀ, ਸੋਰੀ ਯਾਰ, ਨਾ ਥਾਣੇ 'ਚ, ਨਾ ਕਚਹਿਰੀ 'ਚ, ਅਤੇ ਨਜਾਇਜ਼ ਕਿਸੇ ਦਾ ਹੋਏਗਾ ਨਹੀਂ ਭਾਵੇਂ ਜੋ ਮਰਜ਼ੀ ਹੋਏ। ਜਾਇਜ਼ ਕੰਮ ਵਾਸਤੇ ਥਾਣੇ 'ਚ ਵੀ ਅਤੇ ਕਚਹਿਰੀ 'ਚ ਵੀ ਅਤੇ ਅਗਲੇ ਸੋਰੀ ਦੇ ਵਿੱਚ ਆਪਣਾ ਬਿਊਰੋਕ੍ਰੇਸੀ ਦੇ ਵਿੱਚ ਵੀ ਤੁਹਾਡਾ ਕੋਈ ਕੰਮ ਨਹੀਂ ਰੁਕੇਗਾ ਕੋਈ ਵੀ। ਇਹ ਗੱਲ ਬੜੀ ਕਲੀਅਰ ਕੱਟ ਹੈ ਅਤੇ ਨਜਾਇਜ਼ ਉਹ ਕਿਸੇ ਦਾ ਵੀ ਹੋਏਗਾ ਭਾਵੇਂ ਕੋਈ ਵੀ ਹੋਏ। ਇੱਕ ਹੋਰ ਗੱਲ ਸੁਣ ਲਓ, ਇਹ ਵੀ ਆਪਣੇ ਦਿਲ 'ਚ ਜ਼ੇਹਨ 'ਚ ਜਬਾ ਲੈਣੀ ਅਤੇ ਕੱਢ ਕੇ ਛੱਡਣੀ ਹੈ। ਅੱਲਾ ਦੇ ਫਜ਼ਲੋ ਕਰਨ ਨਾਲ ਕੋਈ ਮਾਏ ਦਾ ਲਾਲ ਭਾਵੇਂ ਜਿੱਡਾ ਮਰਜ਼ੀ ਵੱਡਾ ਹੋਏ ਜਾਂ ਕੋਈ ਬਾਸ ਹੋਏ, ਭਾਵੇਂ ਜੋ ਮਰਜ਼ੀ ਹੋਏ, ਕਿਸੇ ਨਾਲ ਨਜਾਇਜ਼ ਨਹੀਂ ਕਰੇਗਾ ਇਨਸ਼ਾਅੱਲਾ ਤਾਲਾ, ਨਾ ਕਰਨ ਦੇਵਾਂਗੇ ਅੱਲਾ ਦੇ ਫਜ਼ਲ। ਸ਼ਾਇਦ ਇਹ ਰਿਵਾਜ਼ ਹੋਏ, ਇਹ ਰੀਤ ਹੋਏ ਕਿ ਝੂਠਾ ਪਰਚਾ ਕਰਾ ਕੇ ਸ਼ਰੀਫ ਲੋਕਾਂ ਨੂੰ ਉਲਝਾ ਲਈਦਾ, ਸ਼ਰੀਫ ਲੋਕਾਂ ਨੂੰ ਤੰਗ ਕਰ ਲਈਦਾ, ਜਾਂ ਸ਼ਰੀਫ ਲੋਕ ਨੂੰ ਆਪਣਾ ਜ਼ੇਰੇ ਸਾਇਆ ਕਰਨ ਦਬਾਉਣ ਵਾਸਤੇ ਕੰਮ ਕਰ ਲੈਂਦਾ। ਇਹ ਨਹੀਂ ਹੋਣਾ ਭਾਵੇਂ ਜੋ ਮਰਜ਼ੀ ਹੋਏ ਇਨਸ਼ਾਅੱਲਾ ਤਾਲਾ, ਸ਼ਰੀਫ ਲੋਕ ਦੀ ਅਤੇ ਮਿਹਰਬਾਨੀ ਅਤੇ ਮਾੜੇ ਬੰਦੇ ਦੀ ਇੱਜ਼ਤ ਵਕਾਰ ਇਨਸ਼ਾਅੱਲਾ ਅਜ਼ਾਫਾ ਹੋਏਗਾ, ਉਹਨਾਂ ਨੂੰ ਇੱਜ਼ਤ ਔਰ ਵਕਾਰ ਨਾਲ ਵੇਖਿਆ ਜਾਏਗਾ ਇਨਸ਼ਾਅੱਲਾ ਤਾਲਾ, ਅੱਲਾ ਦੇ ਫਜ਼ਲ ਕਰਮ ਨਾਲ। ਅਤੇ ਨਜਾਇਜ਼ ਜਦੋਂ ਅਸਾਂ ਕਰਨਾ ਹੀ ਨਹੀਂ ਅਤੇ ਆ ਕੇ ਨਜਾਇਜ਼ ਕਿਤੇ ਕਰਨ ਵੀ ਦੇਣਾ, ਜੋ ਕਰੇਗਾ ਕੋਈ ਵੀ, ਅਸੀਂ ਜਾ ਕੇ ਵੇਖ ਲਓ, ਨਾ ਥਾਣੇ ਕਚਹਿਰੀ ਦੀ ਸਿਆਸਤ ਕਰ ਰਹੇ ਹਾਂ, ਨਾ ਟੋਟੀ ਕਰ ਰਹੇ ਹਾਂ। ਅੱਲਾ ਮਾਫ਼ੀ ਦੇ, ਜਿਹੜਾ ਬੰਦਾ ਟੋਟੀ ਕਰਦਾ
ਥਾਣੇ ਕਚਹਿਰੀ ਦੇ ਪੈਸਿਆਂ ਨਾਲ ਆਰਾਮ ਖਾਂਦਾ ਹੈ, ਉਹਦੇ ਨਾਲ ਕੋਈ ਹੋਰ ਚੀਜ਼ ਖਾ ਲਏ ਹੋ, ਕੋਈ ਵੀ ਹੋਏ ਭਾਵੇਂ ਕੋਈ ਵੀ ਹੋਏ ਭਾਵੇਂ ਸੱਚ, ਇਸ ਤੋਂ ਵੱਡੀ ਕਿਹੜੀ ਇੱਕ ਬੰਦਾ ਵੇਖ, ਇੱਕ ਗਰੀਬ ਆਦਮੀ ਉਹਦੇ ਘਰ ਜਿਹੜੇ ਘਰ ਉਹਨੇ ਇੱਕ ਮਹੀਨੇ ਦਾ ਰਾਸ਼ਨ ਪਾਉਣ ਜੋਗੇ ਪੈਸੇ ਨੇ, ਬੱਚਿਆਂ ਨੇ ਸਕੂਲ ਦੇ ਸੋ ਮਾਮਲਾਤ ਨੇ, ਉਹਨੂੰ ਜਿਹੜੇ ਅੱਜ ਕੱਲ੍ਹ ਦੇ ਜਿਹੜੀ ਚੌਧਰੀ ਬਣਦੇ ਨੇ ਜਿਹੜੇ ਕੁਝ ਮੁਫਤ ਦੀ ਕੋਈ ਗੱਲ ਨਹੀਂ, ਕੋਈ ਬਾਲ ਨਹੀਂ, ਚਿੱਟੀ ਕਾਟਨ ਪਾ ਲਈ ਭਾਵੇਂ ਦਸ ਲੱਖ ਦਾ 20 ਲੱਖ ਦਾ ਕਰਜ਼ਾ ਹੀ ਹੋਏ, ਉਹ ਗਰੀਬ ਆਦਮੀ ਆਮ ਬੰਦੇ ਨੂੰ ਉਲਝਾਉਣ ਵਾਸਤੇ ਥਾਣੇ ਕਚਹਿਰੀ ਵਾੜ ਛੱਡਦੇ ਨੇ, ਕਿਹਨੂੰ ਥਾਣੇ ਵਾੜਿਆ, ਚੱਲ ਬਈ ਲਿਆ 10,000 ਰੁਪਈਆ 5,000 ਥਾਣੇ ਦੇ ਜਿਹੜੇ 5,000 ਦੀ ਇਹ ਪਾ ਲਿਆ, ਇਸ ਪੈਸੇ ਨਾਲੋਂ ਲਾਹਣ ਤੇ ਕੋਈ ਹੋਰ ਚੀਜ਼ ਖਾ ਲਓ, ਇਸ ਟੋਟੀ ਨਾਲੋਂ ਲਾਹਣ ਤੇ, ਇਸ ਵਾਸਤੇ ਇਹ ਮਿਲਾਂਗੇ ਵਰਤਾਂਗੇ ਕੰਮ ਚੱਲੇਗਾ, ਫਿਰ ਹੋਏਗੀ, ਇਹ ਮੇਰੇ ਭਰਾਓ, ਮੇਰੇ ਬਜ਼ੁਰਗੋ, ਮੇਰੇ ਦੋਸਤੋ, ਮੇਰੇ ਮਿਹਰਬਾਨੋ, ਮੇਰੇ ਭਾਈਓ, ਜਿੰਨੇ ਵੀ ਬੈਠੇ ਹੋ, ਇਹ ਬਿਲਕੁਲ ਖੌਫ ਕਰ ਦੇਣਾ, ਤੇਰੇ ਨਾਲ ਕੋਈ ਮਾਈ ਦਾ ਲਾਲ ਨਜਾਇਜ਼ ਨਹੀਂ ਕਰੇਗਾ ਇਨਸ਼ਾਅੱਲਾ, ਅੱਲਾਹ ਦੇ ਝੂਠਾ ਪਰਚਾ ਕਰਾਏਗਾ ਨਾ, ਤੇਰੇ ਨਾਲ ਕੋਈ 2 ਨੰਬਰੀ ਕਰੇਗਾ, ਅੱਗੇ ਤੇਰੇ ਨਾਲ ਕੋਈ ਝੂਠਾ ਕੋਈ ਪਰਚਾ ਕਰੇਗਾ, ਜ਼ਿਆਦਤੀ ਕਰੇਗਾ, ਉਹਦੇ ਜ਼ਿੰਮੇਦਾਰ ਅਸੀਂ, ਤੇ ਕਿਸੇ ਨੂੰ ਅਸੀਂ ਕਰਨ ਵੀ ਦੇਣੀ, ਤੇ ਜਿਹੜਾ ਸਾਡੀ ਆੜ ਦੇ ਵਿੱਚ ਉਹਦੀ ਕੋਈ ਨਹੀਂ ਕਰੇਗਾ, ਕੋਈ ਆ ਕੇ ਕਹੇ ਸਾਡਾ ਠੀਕ ਹੈ, ਸਾਡੇ ਹਿਸਾਬ ਕਿਤਾਬ ਨਹੀਂ, ਉਹਨੇ ਵੀ ਕੋਈ ਗੁਜਾਇਸ਼ ਨਹੀਂ ਹੈਗੀ, ਇਸ ਵਾਸਤੇ ਸਾਰੇ ਤੁਸੀਂ ਮਿਹਰਬਾਨ ਹੋ, ਸਾਰੇ ਮੇਰੇ ਭਾਈ ਹੋ, ਸਾਡੇ ਸਾਰੇ ਸਾਥੀ ਹੋ, ਸ਼ਰੀਫ ਲੋਕ ਮਿਹਰਬਾਨ ਜਿੰਨੇ ਵੀ ਹੈ ਨੇ ਸਾਡੇ, ਉਹਨਾਂ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ, ਬਿਲਾ ਤਫਰੀਕ ਆਣ, ਬਿਲਾ ਤਫਰੀਕ ਜਿਹੜੇ ਅੱਛੇ ਲੋਕ ਨੇ ਉਹਨਾਂ ਨੂੰ ਆਪਣੇ ਸਿਰ ਨਾਲ ਲਾਵਾਂਗੇ, ਉਹਨੇ ਤਾਬੇਦਾਰੀ ਕਰਾਂਗੇ, ਜੋ ਕਰ ਸਕਦੇ ਹੋਏ ਜੈਲ ਉਹਨਾਂ ਦੀ ਖਿਦਮਤ ਵੀ ਕਰਾਂਗੇ, ਉਹਨਾਂ ਦੀ ਤਾਬੇਦਾਰੀ ਵੀ ਕਰਾਂਗੇ, ਉਹਨਾਂ ਦੇ ਕੰਮ ਵੀ ਕਰਾਂਗੇ, ਉਹ ਮਿਊਜ਼ ਵੀ ਨਹੀਂ ਹੋਏਗਾ ਨਾ ਮਿਊਜ਼ ਕਰਾਂਗੇ ਇਨਸ਼ਾਅੱਲਾ ਤਾਲਾ, ਨਜਾਇਜ਼ ਤੇ ਤਾਂ ਕਿੰਨੀ ਦਫ਼ਾ ਕਿਹਾ ਜਿਹੜਾ ਉਹ ਤਾਂ ਗੁਜਾਇਸ਼ ਕੋਈ ਨਹੀਂ ਹੈਗੀ, ਇਸ ਵਾਸਤੇ ਤੁਹਾਡੀ ਡਿਵੈਲਪਮੈਂਟ ਦੇ ਹਵਾਲੇ ਨਾਲ, ਤੁਹਾਡੇ ਕੰਮਾਂ ਦੇ ਹਵਾਲੇ ਨਾਲ ਇਨਸ਼ਾਅੱਲਾ ਬਰਾਬਰ ਸਾਰਿਆਂ ਬਜ਼ੁਰਗਾਂ ਦੋਸਤਾਂ ਦਾ ਸਲੂਕ ਕਰਾਂਗੇ, ਜਿੰਨੇ ਸਾਰੇ ਦੋਸਤ ਨੇ, ਸਾਰੇ ਸਾਥੀ ਨੇ, ਸਾਰੇ ਮਿਹਰਬਾਨ ਨੇ, ਸਾਡੇ ਕਾਫਲੇ ਜਿੰਨੇ ਵੀ ਸ਼ਾਮਿਲ ਹੋਣਗੇ ਅਸੀਂ ਸਭ ਨੂੰ ਵੈਲਕਮ ਕਰਾਂਗੇ ਇਨਸ਼ਾਅੱਲਾ ਤਾਲਾ, ਲੇਕਿਨ ਅੱਛੇ ਲੋਕਾਂ ਨੂੰ ਕਰਾਂਗੇ ਜਿਹੜੇ ਰੀਜ਼ਨੇਬਲ ਨੇ, ਜਿਹੜੇ ਚੰਗੇ ਨੇ, ਜਿਹੜੇ ਸ਼ਰੀਫ, ਜਿਹੜੇ ਮਫਾਦ ਪ੍ਰਸਤ ਨੇ, ਜਿਹੜੇ ਕਹਿੰਦੇ ਨੇ ਕੋਈ ਗੱਲ ਨਹੀਂ, ਗੱਲ ਸੁਣਾਓ ਅਤੇ ਕੰਮ ਲਾਓ ਅਤੇ ਨਿਕਲ ਜਾਈ, ਉਹਨਾਂ ਕਹਾਂਗੇ ਤੁਹਾਡੀ ਮਿਹਰਬਾਨੀ, ਤੁਹਾਡੇ ਦੇ ਬਜ਼ੁਰਗਾਂ ਨੇ ਕਿੰਨੇ ਚੰਗੇ ਲੋਕਾਂ ਦੀ ਜ਼ਰੂਰਤ ਹੋ ਆਣ, ਅਤੇ ਜਿਹੜੇ ਇਸ ਤਰ੍ਹਾਂ ਦੇ ਨੇ ਉਹਨਾਂ ਕਹਾਂਗੇ ਯਾਰ ਕੋਈ ਗੱਲ ਨਹੀਂ, ਤੂੰ ਥੋੜ੍ਹਾ ਜਿਹਾ ਸਬਰ ਕਰੋ, ਕੋਈ ਐਸਾ ਮਸਲਾ ਨਹੀਂ, ਇਸ ਵਾਸਤੇ ਤੁਹਾਡੇ ਵਾਸਤੇ ਅਸੀਂ ਹਾਜ਼ਰ ਹਾਂ, ਤੁਸੀਂ ਜੋ ਵੀ ਚਾਹੇ, ਤੁਹਾਡਾ ਕਿਸੇ ਦਾ ਵੀ ਹੁਕਮ ਹੈ, ਖਵਾ ਕੋਈ ਵੀ, ਉਹਨਾਂ ਵਾਸਤੇ ਸਾਡਾ ਦਿਨ ਰਾਤ ਸਾਡੇ ਦਰਵਾਜ਼ੇ ਖੁੱਲ੍ਹੇ ਨੇ, ਅਸੀਂ ਉਹਨਾਂ ਵਾਸਤੇ ਹਾਜ਼ਰ ਹਾਂ ਇਨਸ਼ਾਅੱਲਾ, ਜਾਇਜ਼ ਕੰਮ ਵਾਸਤੇ ਡਿਵੈਲਪਮੈਂਟ ਦੇ ਹਵਾਲੇ ਨਾਲ ਅੱਲਾ ਅੱਗੇ ਦੁਆ ਕਰਨੀ ਆ ਕਿ ਅੱਲਾਹ ਤਾਲਾ ਦੀ ਜ਼ਾਤ ਆਪਣਾ ਕਰਮ ਕਰੇ, ਆਪਣੇ ਹਬੀਬ ਦੇ ਸਦਕੇ ਅੱਲਾਹ ਤਾਲਾ ਆਪਣੀ ਕਰਮ ਰਾਜ਼ੀ ਕਰੇ, ਜਿਹੜੇ ਮੇਰੇ ਬਜ਼ੁਰਗਾਂ ਨੇ, ਦੋਸਤਾਂ ਨੇ, ਮਿਹਰਬਾਨਾਂ ਨੇ ਸਾਡੇ 'ਤੇ ਆਸ ਉਮੀਦ ਲਾਈ, ਅੱਲਾਹ ਅੱਗੇ ਦੁਆ ਕਰਨੀ, ਅੱਲਾਹ ਤਾਲਾ ਨੇ ਸਾਡੀ ਮਦਦ ਕਰਨਾ, ਉਸ ਆਸ ਉਮੀਦ 'ਤੇ ਪੂਰਾ ਉਤਰੀਏ ਇਨਸ਼ਾਅੱਲਾ, ਅੱਲਾਹ ਤਾਲਾ ਜ਼ਾਤ ਸਾਡੀ ਮਦਦ ਕਰੇਗੀ, ਸਾਡੀ ਨੀਅਤ ਠੀਕ ਹੈ, ਸਾਡੇ ਇਰਾਦੇ ਠੀਕ ਨੇ, ਬਾਕੀ ਕੋਈ ਕਮੀ ਕਦਾਈ ਹੈ ਬਜ਼ੁਰਗੋ, ਦੋਸਤੋ, ਮਿਹਰਬਾਨੋ, ਮੇਰੀ ਗੁਫ਼ਤਗੂ 'ਚ ਮੈਂ ਤੁਹਾਡੇ ਕੋਲ ਸਾਰਿਆਂ ਕੋਲ ਮਦਦ ਕਰਨਾ ਵਾਂ, ਔਰ ਅੱਲਾਹ ਅੱਗੇ ਇੱਕ ਦੁਆ ਕਰਨਾ ਕਿ ਮੇਰੇ ਇਹ ਮੇਰੇ ਅੱਲਾਹ ਸਾਨੂੰ ਆਜ਼ਦੀ ਦੇ ਇਨਕਸਾਰੀ 'ਚ ਰੱਖੀ, ਸਭ ਤੋਂ ਵੱਡੀ ਗੱਲ ਇਹ ਕਿ ਅੱਲਾਹ ਤਾਲਾ ਜ਼ਾਤ ਸਾਨੂੰ ਆਜ਼ਦੀ ਇਨਕਸਾਰੀ 'ਚ ਰੱਖੇ, ਔਰ ਅੱਲਾਹ ਤਾਲਾ ਜ਼ਾਤ ਸਾਨੂੰ ਆਪਣੇ ਹਿੱਸੋ ਮਾਂ 'ਚ ਰੱਖੇ, ਅੱਲਾਹ ਤਾਲਾ ਦੇ ਜ਼ਾਤ ਤੁਹਾਡੇ ਜੇ ਮਿਹਰਬਾਨਾ ਅੱਛੇ ਲੋਕਾਂ ਦੀ ਖਿਦਮਤ ਕਰੇ, ਸਾਨੂੰ ਠੀਕ ਨੇ, ਅੱਲਾਹ ਤਾਲਾ ਸਾਡੀ ਮਦਦ ਕਰੇ ਇਨਸ਼ਾਅੱਲਾ ਤਾਲਾ, ਜੇ ਬੰਦਾ ਨੇਕ ਨੀਤੀ ਨਾਲ ਅੱਛੇ ਹੋਏ ਨਾ ਚੱਲੇ, ਅੱਲਾਹ ਤਾਲਾ ਜ਼ਾਤ ਮਦਦ ਕਰਦੀ, ਮਿਲਾਂਗੇ, ਵਰਤਾਂਗੇ, ਚੱਲਾਂਗੇ, ਸਾਡੀ ਵਰਕਿੰਗ ਦਾ ਪਤਾ ਚੱਲ ਜਾਏਗਾ, ਮੈਨੂੰ ਤੁਹਾਡਾ ਪਤਾ ਚੱਲ ਜਾਏਗਾ, ਤੁਹਾਨੂੰ ਸਾਡਾ ਪਤਾ ਚੱਲ ਜਾਏਗਾ ਇਨਸ਼ਾਅੱਲਾ ਤਾਲਾ, ਅਤੇ ਇਨਸ਼ਾਅੱਲਾ ਆਪਣੇ ਮੂੰਹ ਤੋਂ ਬੰਦੇ ਨੂੰ ਨਹੀਂ ਗੱਲ ਕਰਨੀ ਚਾਹੀਦੀ, ਹੋ ਜਾਂਦੀ ਇਨਸ਼ਾਅੱਲਾ ਅਮਲ ਕਰਕੇ
ਅਮਲਾ ਕਰ ਗਏ, ਜ਼ਾਬਤ ਕਰ ਗਏ, ਅਤੇ ਫਿਰ ਇਨਸ਼ਾਅੱਲਾ ਦੱਸਾਂਗੇ। ਅਤੇ ਜਿਹੜੇ ਵੀ ਮਿਹਰਬਾਨ ਦੋਸਤ ਬੈਠੇ ਹੋ, ਮੈਂ ਤੁਹਾਡਾ ਸਭ ਦਾ ਮਸ਼ਹੂਰ ਹਾਂ, ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ। ਅਸਲਾਮ ਅਲੈਕੁਮ।